ਨਮਸਕਾਰ ਮੈਂ ਸੁਨੀਲ ਕੁਮਾਰ ਹਿਮਾਚਲੀ ਤੇ ਗੱਲ ਕਰਾਂਗੇ ਕਿਸਾਨ ਦੇ ਉਸ ਮਸਲੇ ਦੀ ਜਿਹਦੇ ਤੇ ਲਗਾਤਾਰ 2 ਮਹੀਨੇ ਤੋਂ ਜਿਹੜਾ ਉਹ ਮਸਲਾ ਸੁਲਗਦਾ ਜਾ ਰਿਹਾ 8 ਦਿਨਾਂ ਤੋਂ ਦਿੱਲੀ ਚ ਕਿਸਾਨ ਡਟੇ ਹੋਏ ਨੇ ਗਲਵਾਦ ਦਾ سلسلہ جاری ਹੈ ਤੇ ਕਾਂਗਰਸ ਦੇ ਕਾਫੀ ਸੀਨੀਅਰ ਆਗੂ ਨੇ ਕਾਂਗਰਸ ਬੜੇ ਵਿਵਾਕੀ ਦੇ ਨਾਲ ਕਿਸਾਨੀ ਮਸਲੇ ਤੇ ਆਪਣੀ ਗੱਲ ਰੱਖ ਰਹੀ ਆ ਤੇ ਸਾਡੇ ਨਾਲ ਮੌਜੂਦ ਨੇ ਪ੍ਰੀਤਪਾਲ ਸਿੰਘ ਕਾਂਗਰਸ ਦੇ ਪ੍ਰਵਕਤਾ ਪੰਜਾਬ ਹਰਿਆਣਾ ਦੇ ਕਾਫੀ ਮਸਲੇ ਤੇ ਕਾਫੀ ਵਿਵਕ ਵਿਵਾਕੀ ਨਾਲ ਜਿਹੜੇ ਆਪਣੇ ਵਿਚਾਰ ਰੱਖਦੇ ਨੇ ਪ੍ਰੀਤਪਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਕਾਈ ਨਿਊਜ਼ ਤੇ ਸਤਿ ਸ਼੍ਰੀ ਅਕਾਲ ਜੀ ਪ੍ਰੀਤਪਾਲ ਸਾਹਿਬ ਬੈਠਕ ਹੋ ਰਹੀ ਆ ਬੈਠਕ ਤੋਂ ਬਾਅਦ ਹੁਣ ਕੀ ਲੱਗਦਾ ਹੱਲ ਨਿਕਲੇਗਾ ਜਾਂ ਫਿਰ ਤੋਂ ਵੀ ਬੈਠਕ ਦਾ ਸੱਦਾ ਹੋਏਗਾ ਦੇਖੋ ਗੱਲ ਐਸੀ ਹੈ ਕਿ ਅੱਜ ਜਿਹੜੀ ਬੀਟਿੰਗ ਚੱਲਦੀ ਪਈ ਐ ਇਹ ਕੇਦਰ ਤੇ ਕਿਸਾਨਾਂ ਦੇ ਵਿੱਚ ਐ ਇੱذ ਸਨਵਾ ਰੋਲ ਕੋਈ ਜ਼ਿਆਦਾ ਨਹੀਂ ਹੈਗਾ ਬਟ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਉਜਾਇਜ ਨੇ ਤੇ ਕਾਂਗਰਸ ਪਾਰਟੀ ਦੀ ਸਰਕਾਰ ਚਾਹੇ ਉਹ ਨੋ ਸਟੇਟਾਂ ਦੇ ਵਿੱਚ ਆਲਰੇਡੀ ਬੈਲ ਨੂੰ ਅਮੈਂਡ ਕਰ ਚੁੱਕੀ ਆ ਪਰ ਗੱਲ ਇਹ ਆ ਕਿ ਕੇਂਦਰ ਦੀ ਸਰਕਾਰ ਉਹਨਾਂ ਨੂੰ ਮੰਨਣਾ ਨਹੀਂ ਚਾਹਦੀ ਹੁਣ ਮੁੱਖ ਮੁੱਦੇ ਜਿਹੜੇ ਨੇ ਐਮਐਸਪੀ ਦਾ ਐਮਐਸਪੀ ਐਸੀ ਇੱਥੇ ਝੋਨੇ ਤੇ ਕਣਕ ਦੀ ਖਰੀਦ ਤੇ ਕਰਦੀ ਆ ਰਾਜਸਥਾਨ ਦੀ ਗਵਰਨਮੈਂਟ ਨੇ ਵੀ ਕਰਦੀ ਛਤੀਸਗੜ੍ਹ ਦੀ ਗਵਰਨਮੈਂਟ ਨੇ ਵੀ ਕਰਦੀ ਬਟ ਗਵਰਨਰ ਨੇ ਜਿਹੜੇ ਸੂਬਿਆਂ ਦੇ ਉਹ ਇਹ ਚੀਜ਼ਾਂ ਰਾਸ਼ਟਰਪਤੀ ਕੋਲ ਨਹੀਂ ਭੇਜਦੇ ਪੇ ਤਾਂ ਜੋ ਇਹਨਾਂ ਨੂੰ ਅਮੈਂਡ ਕਿੱਦਾਂ ਕਰ ਸਕੀ ਜੋ ਹੁਣ ਪਿਛਲੇ ਲੰਮੇ ਜੋ ਕਿ ਹੁਣ ਸੰਘਰਸ਼ ਕਾਫੀ ਵੱਡਾ ਹੋ ਚੁੱਕਿਆ ਹੈ ਤੇ ਕਈ ਇੱਕ ਹਫਤਾ ਦੇ ਕਰੀਬ ਹੋ ਚੁੱਕਿਆ ਇਸ ਸੰਘਰਸ਼ ਤੋਂ ਚੱਲਦਾ ਹੋਇਆ ਜਿਹਨੂੰ ਪੂਰੇ ਇੰਟਰਨੈਸ਼ਨਲ ਕਮਿਊਨਿਟੀ ਦਾ ਸਾਥ ਮਿਲ ਰਿਹਾ ਹੈ ਅਲੱਗ-ਅਲੱਗ ਕੰਟਰੀਜ਼ ਦੇ ਜਿਹੜੇ ਮੁਖੀ ਨੇ ਉਹਨਾਂ ਨੇ ਸਪੋਰਟ ਕੀਤੀ ਹੈ ਕਿਸਾਨਾਂ ਦੀ ਤੇ ਇਸ ਕਰਕੇ ਕਿਸਾਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ ਐਮਐਸਪੀ ਦਾ ਇਸ਼ੂ ਹੈ ਜੇ ਤੁਸੀਂ ਐਮੈਂਡ ਕਰਨ ਲੱਗੇ ਹੋ ਕਾਨੂੰਨ ਨੂੰ ਪੁਰਾਣੇ ਨੂੰ ਤਾਂ ਉਹਰੇ ਵਿੱਚ ਐਮਐਸਪੀ ਨਹੀਂ ਦਿੱਤੀ ਗਈ ਸੀ ਤਾਂ ਹੁਣ ਗਰੰਟੀ ਕਰ ਦਿਓ ਨਾ ਤੇ ਕਿਸਾਨ ਸੌਖਾ ਹੋ ਜੂਗਾ ਪੂਰੇ ਹਿੰਦੁਸਤਾਨ ਦਾ ਪਰ ਜੇ ਉਹ ਨਹੀਂ ਦੋਗੇ ਉਹਨਾਂ ਚੀਜ਼ਾਂ ਦੇ ਇਸ਼ੂਸ ਨੇ ਕੋਰਟ ਕੋਲ ਜਾਣ ਦੀ ਪਾਵਰ ਹਰੇਕ ਨਾਗਰਿਕ ਨੂੰ ਆ ਪਰ ਤੁਸੀਂ ਇਹਨਾਂ ਇਹਨਾਂ ਕਾਨੂੰਨਾਂ ਦੇ ਵਿੱਚ ਡੀਸੀ ਤੱਕ ਦੀ ਜੁਡੀ ਰਿਕਸ਼ਨ ਕਰਤੀ ਆ ਉਸ ਦੇ ਕੋਰਟ ਦੇ ਫੈਸਲੇ ਨੂੰ ਮੰਨਣ ਦੀ ਗੱਲ ਕਰਤੀ ਇਹਨਾਂ ਚੀਜ਼ਾਂ ਦੇ ਰੌਲੇ ਨੇ ਐਸੈਂਸ਼ੀਅਲ ਕਮਿਊਨਿਟੀ ਐਕਟ ਦਾ ਅਸਰ ਕਿਸਾਨਾਂ ਉਨਾਂ ਦਾ ਛੱਡੋ ਪੂਰੇ ਭਾਰਤ ਦੇ ਲੋਕਾਂ ਨੇ ਪੈਣਾ ਜਿਵੇਂ 500 ਰੁਪਏ ਕਿਲੋ ਵਿਕ ਗਿਆ ਆਲੂ ਵਿਕ ਗਿਆ 70 80 ਰੁਪਏ ਕਿਲੋ ਕਿਉਂਕਿ ਕਿਸਾਨ ਦਾ ਆਲੂ ਦਾ 20 ਰੁਪਏ ਕਿਲੋ ਵਿਕਿਆ ਪਿਆ 5 ਰੁਪਏ ਕਿਲੋ ਵਿਕਿਆ ਹੋਇਆ ਜਿਹੜੇ ਜਮਾਖੋਰ ਨੇ ਜਿਹੜੇ ਬੀਜੇਪੀ ਦੇ ਇਹ ਬਚੋਲੀਏ ਨੇ ਅਸਲ ਦੇ ਵਿੱਚ ਉਹਨਾਂ ਨੇ ਇਹ ਕਮਿਊਨਿਟੀ ਜਿਹੜੀ ਹੈਗੀ ਆ ਇਸ ਕਰਕੇ ਰੇਟਸ ਵੱਧਦੇ ਨੇ ਇੱਕ ਪਾਸੇ ਫੂਡ ਇਨਫਲੇਸ਼ਨ ਦੀ ਗੱਲ ਕਰਦੇ ਆ 2.5% ਸਾਡੀ ਕਣਕ ਤੇ ਇਨਕਰੀਸਡ ਨੇ ਤੁਸੀਂ ਐਮਐਸਪੀ ਦੇ ਉੱਪਰ ਤੇ ਜਿਹੜਾ ਹਿੰਦੁਸਤਾਨ ਦੇ ਵਿੱਚ ਮਹਿੰਗਾਈ ਦਾ ਰ ਹੈ ਉਹ 11.5% ਇਹੀ ਚੀਜ਼ਾਂ ਨੇ ਰੱਖੀਆਂ ਡਰਾਫਟਿੰਗ ਕਰਕੇ ਕਿਸਾਨਾਂ ਨੇ ਵੀ ਇੱਕ ਪੂਰੇ ਕਾਨੂੰਨਾਂ ਦਾ ਡਰਾਅ ਬੈਕ ਲਿਸਟ ਦਿੱਤੀ ਹੈ ਕੇਂਦਰ ਕੋਲ ਕਿ ਰਿਟਰਨ ਜੇ ਦਿੱਤਾ ਕਿ ਆ ਸਾਨੂੰ ਘੱਟ ਪੈਣੇ ਆ ਇਹ ਕਾਨੂੰਨਾਂ ਦਾ ਸਾਡੇ ਉੱਪਰ ਇਹ ਅਸਰ ਪੈਣਾ ਇਹ ਮਾੜੇ ਅਸਰ ਪੈ ਰਹੇ ਉਹਨੇ ਦੇਖੋ ਕੇਂਦਰ ਨੇ ਹੈਗੀ ਆ ਕਿਸਾਨਾਂ ਤੇ ਕੇਂਦਰ ਦੇ ਵਿੱਚ ਦੀ ਗੱਲ ਆ ਜੇ ਮੰਨ ਜਾਣਗੇ ਤਾਂ ਮੈਂ ਤਾਂ ਬੇਨਤੀ ਇਹੀ ਕਰੂੰਗਾ ਕਿ ਠੰਡੀਆਂ ਰਾਤਾਂ ਦੇ ਵਿੱਚ ਸਾਡਾ ਕਿਸਾਨ ਜੁਝੂ ਦਾ ਪਿਆਰ ਕੇਂਦਰ ਦੀ ਸਰਕਾਰ ਦੇ ਨਾਲ ਜਦੋਂ ਕਿ ਉਹਨੂੰ ਆਪ ਦਾ ਘਰ-ਬਾਰ ਦੇ ਪਿੱਛੇ ਫਸਲ ਬੀਜਣ ਵਾਲੀ ਪਈ ਹੈਗੀ ਆ ਖਾਦ ਪਾਉਣ ਵਾਲੀ ਪਈ ਆ ਪਾਣੀ ਲੱਗਣ ਵਾਲਾ ਪਿਆ ਫਿਰ ਵੀ ਉਹ ਛੱਡ ਕੇ ਆਪ ਦੇ ਬੱਚਿਆਂ ਦੇ ਫਿਊਚਰ ਲਈ ਇੱਥੇ ਧਰਨੇ ਲਈ ਬੈਠੇ ਨੇ ਕੇਂਦਰ ਦੀ ਸਰਕਾਰ ਨੂੰ ਸੋਚੇ ਜਲਦੋਂ ਜਲਦ ਇਸ ਤੇ ਫੈਸਲਾ ਲੈ ਲੈ ਜੋ ਕਰਨਾ ਜਲਦ ਕਰੇ ਪ੍ਰੀਤਪਾਲ ਸਾਹਿਬ ਪੰਜਾਬ ਸੀਐਮ ਕੈਪਟਨ ਅਮਰਿੰਦਰ ਸਿੰਘ ਵੀ ਅੱਜ ਅਮਿਤ ਸ਼ਾਹ ਨੂੰ ਮਿਲ ਕੇ ਆਏ ਨੇ ਕੀ ਲੱਗਦਾ ਮੁਲਾਕਾਤ ਦਾ ਅਸਰ ਹੋਏਗਾ ਦੇਖੋ ਅੱਜ ਪੰਜਾਬ ਦੇ ਮੁੱਖ ਮੰਤਰੀ ਮਿਲੇ ਨੇ ਅਮਿਤ ਸ਼ਾਹ ਜੀ ਨੂੰ ਜੋ ਗੱਲਾਂ ਹੋਣੀਆਂ ਸੀ ਉਹਨਾਂ ਨੇ ਵੀ ਇਹੀ ਗੱਲ ਜਾ ਕੇ ਅਮਿਤ ਸ਼ਾਹ ਹੁਣਾਂ ਕੋਲ ਰੱਖੀ ਹੈ ਕਿ ਸਾਡੇ ਕਿਸਾਨਾਂ ਦੀ ਮੁੱਖ ਮੰਗ ਹੈ ਜਿਹੜੀ ਐਮਐਸਪੀ ਹੈ ਤੇ ਉਹਨਾਂ ਦੇ ਹੱਕ ਮੰਗਦੇ ਨੇ ਉਹਨਾਂ ਦੇ ਹੱਕ ਉਹਨਾਂ ਨੂੰ ਦੇਣੇ ਚਾਹੀਦੇ ਨੇ ਜਿਹੜਾ ਅੰਨ ਦਾਤਾ ਪੂਰੇ ਹਿੰਦੁਸਤਾਨ ਦਾ ਮੈਂ ਤਾਂ ਕਹਿੰਦਾ ਇੱਥੋਂ ਅੰਨ ਬਾਹਰਲੇ ਮੁਲਕਾਂ 'ਚ ਵੀ ਜਾਂਦਾ ਹੈ ਇਸੇ ਕਰਕੇ ਤਾਂ ਬਾਹਰ ਦੀਆਂ ਕਮਿਊਨਿਟੀ ਜਿਹੜੀ ਕੰਟਰੀਸ ਆ ਸਪੋਰਟ ਕਰਦੀਆਂ ਵੀ ਆ ਕਿਸਾਨਾਂ ਦੀ ਤੇ ਅਸੀਂ ਤਾਂ ਇਹੀ ਮੰਗ ਕੀਤੀ ਹੈ ਕਿ ਜਿਹੜੇ ਪੰਜਾਬ ਦੀ ਸਰਕਾਰ ਨੇ ਐਮੈਂਡਮੈਂਟ ਕੀਤੀ ਹੈ ਕੇਂਦਰੀ ਕਾਨੂੰਨਾਂ ਦੇ ਵਿੱਚ ਜਿੱਚ ਸਭ ਤੋਂ ਵੱਡੀ ਮੰਗ ਐ ਐਮਐਸਪੀ ਦੀ ਆ ਉਹਨੂੰ ਜਾਰੀ ਉਹਨੂੰ ਕਰਦੋ ਜਾਰੀ ਤੇ ਹੋਰ ਜਿਹੜੀਆਂ ਮੰਗਾਂ ਨੇ ਢਾਈ ਏਕੜ ਤੱਕ ਦੇ ਕਿਸਾਨ ਦੀ ਜਿਹੜੀ ਆ ਕੁਰਕੀ ਦੀ ਹੋ ਸਕਦੀ ਜਾਂ ਜੂ ਮਰਜੀ ਹੋਏ ਕੰਟਰੈਕਟ ਫਾਰਮਿੰਗ ਦੇ ਵਿੱਚ ਲੋਨ ਲੈ ਜੇ ਜਾਂ ਹੋਰ ਗੱਲ ਇਹਨਾਂ ਚੀਜ਼ਾਂ ਦੇ ਖਦਾਸ਼ੇ ਨੇ ਉਹਨਾਂ ਚੀਜ਼ਾਂ ਨੂੰ ਮੁੱਖ ਮੰਤਰੀ ਨੇ ਬੜੀ ਡਿਟੇਲ ਦੇ ਵਿੱਚ ਡਿਸਕਸ ਹੋਇਆ ਤੇ ਉਹਨਾਂ ਨੇ ਜੋ ਗੱਲ ਕਹੀ ਹੈ ਜੋ ਮੀਡੀਆ ਨੇ ਦਿੱਤੀ ਹੈ ਜੋ ਅਸੀਂ ਅਮਿਤ ਸ਼ਾਹ ਉਹਨਾਂ ਨੂੰ ਕਹਿਣਾ ਸੀ ਜਾਂ ਕੇਂਦਰ ਦੀ ਸਰਕਾਰ ਨੂੰ ਦੱਸਣਾ ਸੀ ਅਸੀਂ ਦੱਸ ਆਏ ਹੁਣ ਇਹ ਫੈਸਲਾ ਤਾਂ ਕੇਂਦਰ ਦੀ ਸਰਕਾਰ ਨੇ ਕਰਨਾ ਵਾ ਉਹਨਾਂ ਦੇ ਕੋਰਟ 'ਚ ਬੋਲ ਆ ਕਿਸਾਨਾਂ ਤੇ ਉਹਨਾਂ ਦੇ ਵਿੱਚ ਵਿਚਾਰ ਹੋਣਾ ਫੈਸਲਾ ਫਿਰਚ ਪੰਜਾਬ ਦਾ ਰੂਲ ਨਹੀਂ ਦੇ ਕਿਉਂਕਿ ਇਹ ਹੁਣ ਅੰਦੋਲਨ ਪੂਰੇ ਭਾਰਤਵਰਸ਼ ਦਾ ਬਣ ਗਿਆ ਇਸ ਕਰਕੇ ਜੋ ਫੈਸਲਾ ਲੈਣਗੇ ਉਹਨਾਂ ਦੇ ਉੱਪਰ ਡਿਪੈਂਡ ਕਰਦਾ ਫਿਰਪਾਲ ਸਾਹਿਬ ਕੀ ਲੱਗਦਾ ਕਿ ਦਵਾਰਾ ਤੋਂ ਸੈਸ਼ਨ ਬੁਲਾਇਆ ਜਾਏਗਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾਏਗਾ ਤਾਂ ਕਿ ਇਹਨਾਂ ਵਿੱਲਾਂ ਤੇ ਕੋਈ ਮਤਾ ਪਾਸ ਹੋ ਸਕੇ ਦੇਖੋ ਜਿੱਥੋਂ ਤੱਕ ਸੈਸ਼ਨ ਬੁਲਾਉਣ ਦੀ ਗੱਲ ਹੈਗੀ ਆ ਬੁਲਾਇਆ ਜਾਊ ਕਿ ਨਹੀਂ ਬੁਲਾਇਆ ਜਾਊ ਕਿਉਂਕਿ ਕੇਂਦਰ ਦੇ ਵਿੱਚ ਮੋਦੀ ਸਰਕਾਰ ਬੈਠੀ ਹੈ ਮੈਜੋਰਟੀ ਚ ਨੇ ਤੇ ਬੁਲਾਉਣਾ ਵੀ ਇਹਨਾਂ ਨੇ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਕੀ ਇਹ ਇਹਨਾਂ ਦੀਆਂ ਮੰਗਾਂ ਮੰਨਣ ਨੂੰ ਤਿਆਰ ਨੇ ਕਿ ਇਹ ਲਾਅ ਅਮੈਂਡ ਕਰਨ ਨੂੰ ਤਿਆਰ ਨੇ ਕਿ ਇਹ ਆਰਡੀਨੈਂਸ ਵਾਪਸ ਲੈਣ ਨੂੰ ਤਿਆਰ ਨੇ ਪਹਿਲੀ ਗੱਲ ਤਾਂ ਇਹ ਹੈ ਸੈਸ਼ਨ ਬੁਲਾਉਣਾ ਜਾਂ ਨਹੀਂ ਬੁਲਾਉਣਾ ਕਿਉਂਕਿ ਜਿਹਾ ਆਪਣਾ ਰਾਜ ਸਭਾ ਦੇ ਵਿੱਚ ਲੁੱਟਿਆ ਗਿਆ ਵਾ ਕਾਨੂੰਨ ਨੂੰ ਆਪਾਂ ਸਾਰਿਆਂ ਨੇ ਦੇਖਿਆ ਲੋਕਤੰਤਰ ਦੀ ਹੱਤਿਆ ਕੀਤੀ ਗਈ ਹੈ ਲੋਕ ਕਰੋਨਾ ਕਾਲ ਨਾਲ ਮਰਦੇ ਪਏ ਅਤੇ ਆਰਡੀਨੈਂਸ ਥੂਪਦੇ ਪਏ ਜਿਹੜੇ ਆਨ ਦਾਤਾ ਨੇ ਲੋਕਾਂ ਦਾ ਢਿੱਡ ਭਰਿਆ ਕਰੋਨਾ ਮਹਾਮਾਰੀ ਦੇ ਦੌਰਾਨ ਸਾਰੀ ਜੀਡੀਪੀ ਕਲਾਪਸ ਹੋ ਗਈ ਸੀ ਮਾਈਨਸ 24% ਤੇ ਚਲੀ ਗਈ ਸੀ ਜੀਡੀਪੀ ਇਕੱਲਾ ਇਕੱਲਾ ਕਿਸਾਨੀ ਤੰਦਾ ਐਸਾ ਜੀ ਜਿਹੜਾ ਪਲੱਸ ਦੇ ਵਿੱਚ ਜੀਡੀਪੀ ਪਾ ਕੇ ਗਿਆ ਹਿੰਦੁਸਤਾਨ ਦੇ ਵਿੱਚ ਤੇ ਉਹਨੂੰ ਮਾਰਨ ਲੱਗੇ ਹੋਇਆ ਉਨ ਇਹਨਾਂ ਨੇ ਜੇ ਕਾਨੂੰਨ ਮੰਨਨੇ ਹੋਣਗੇ ਐਮੈਂਡ ਕਰਦੀ ਸੋਧਾਂ ਦੀ ਗੱਲ ਹੋ ਗਈ ਮੀਟਿੰਗ ਸਾਰਥਕ ਹੋਏ ਅਸੀਂ ਤਾਂ ਇਹੀ ਮੀਟ ਕਰਦੇ ਆ ਤਾਂ ਇੱਕ ਕੈਬਨਟ ਮੀਟਿੰਗ ਦੇ ਵਿੱਚ ਰੱਦ ਕਰ ਦਿੱਤੇ ਜਾਣਗੇ ਬਾਅਦ ਚ ਸੈਸ਼ਨ ਬੁਲਾ ਲਿਆ ਜਾ ਪਰ ਪਹਿਲਾ ਨਿਯਤ ਹੋਣੀ ਚਾਹੀਦੀ ਹੈ ਨਿਯਤ ਸਾਫ ਹੋ ਕਰਨੀ ਪੈਣੀ ਹੈ ਮੋਦੀ ਸਾਹਿਬ ਨੂੰ ਤਾਂ ਜਿਹੜਾ ਕਿਸਾਨ ਆਂਦਾ ਤਾਂ ਉਹਦੇ ਦੇਖਿਆ ਹੋਵੇ ਚਲੋ ਇਹ ਤਾਂ ਵਕਤ ਹੀ ਦੱਸੇਗਾ ਕਿ ਸੈਸ਼ਨ ਬੁਲਾਇਆ ਜਾਂਦਾ ਜਾਂ ਨਹੀਂ ਬੁਲਾਇਆ ਜਾਂਦਾ ਲੇਕਿਨ ਪ੍ਰਕਾਸ਼ ਸਿੰਘ ਬਾਦਲ ਢੀਂਸਾ ਕਈ ਐਸੇ ਵੱਡੇ ਲੀਡਰ ਨੇ ਪੰਜਾਬ ਦੇ ਕਈ ਖਿਡਾਰੀ ਨੇ ਜੋ ਕਹਿ ਰਹੇ ਨੇ ਅਸੀਂ ਜਿਹੜੇ ਉਹਨਾਂ ਨੇ ਕੇਂਦਰ ਸਰਕਾਰ ਵੱਲੋਂ ਜਿਹੜੇ ਪੁਰਸਕਾਰ ਦਿੱਤੇ ਗਏ ਸੀ ਪਦਮ ਭੂਸ਼ਣ ਦਿੱਤੇ ਗਏ ਸੀ ਉਹ ਵਾਪਸ ਮੋੜ ਦਵਾਂਗੇ ਕਿ ਪੁਰਸਕਾਰ ਵਾਪਸ ਮੋੜ ਕੇ ਕੋਈ ਹੱਲ ਨਿਕਲ ਪਾਏਗਾ ਦੇਖੋ ਜਿੱਥੋਂ ਤੱਕ ਪ੍ਰਕਾਸ਼ ਸਿੰਘ ਬਾਦਲ ਹੁਣਾ ਦਾ ਤੇ ਸੁਖਦੇਵ ਢੀਂਡਸਾ ਹੁਣਾ ਦਾ ਸਵਾਲ ਹੈ ਜਿਹੜੇ ਅਵਾਰਡ ਵਾਪਸ ਕੀਤੇ ਪਦਮ ਭੂਸ਼ਣ ਵੀ ਕੋ ਜਿੱਥੋਂ ਤੱਕ ਗੱਲ ਆ ਕਿ ਇੱਕ ਵਿਰੋਧ ਜਤਾਇਆ ਉਹਨਾਂ ਨੇ ਬਟ ਇਹ ਵਿਰੋਧ ਜਤਾਉਣ ਦੇ ਵਿੱਚ ਬਹੁਤ ਤੇਰੀ ਹੋ ਗਈ ਇੱਕ ਪਾਸੇ ਤਾਂ ਬਾਦਲ ਸਾਹਿਬ ਨੇ ਉਹ ਇੰਨਾ ਕਾਨੂੰਨਾ ਦਾ ਸਮਰਥਨ ਕੀਤਾ ਜੇ ਫਾਇਦੇ ਗਿਣਾਏ ਉਦੋਂ ਬਾਅਦ ਇਹਦੇ ਨੁਕਸਾਨ ਗਿਣਨ ਲਈ ਕੋਈ ਵੀਡੀਓ ਨਹੀਂ ਭੇਜੀ ਅੱਜ ਆ ਕੇ ਇੱਕਦਮ ਫਿਰ ਪ੍ਰਗਟ ਹੋ ਗਏ ਕਿ ਮੈਂ ਵਾਪਸ ਕਰ ਰਿਹਾ ਨਾਲ ਹੀ ਢਿੰਡਾ ਸਾਹਿਬ ਵੀ ਕਰ ਗਏ ਬਟ ਇਹਨਾਂ ਚੀਜ਼ਾਂ ਨਾਲ ਮੈਂ ਕਹਿੰਦਾ ਚਲੋ ਇੱਕ ਸਮਰਥਨ ਦੇ ਤੌਰ ਤੇ ਮੰਨਿਆ ਜਾ ਸਕਦਾ ਕਿ ਮੈਂ ਦਿੱਤਾ ਵਾ ਜਿੱਥੋਂ ਤੱਕ ਸਾਡੇ ਖਿਡਾਰੀ ਨੇ ਉਹਨਾਂ ਦਾ ਸੱਚੀ ਕੁਰਬਾਨੀਆਂ ਉਹਨਾਂ ਨੂੰ ਬੜਾ ਬਿੰਦ ਕਰਕੇ ਇਹ ਕਮਾਇਆ ਸੀਗਾ ਤੇ ਬਾਦਲ ਸਿੰਘ ਨੂੰ ਤਾਂ ਦੇ ਦੇਣਾ ਸੀਗਾ ਉਹਨਾਂ ਨਾਲ ਕੋਈ ਏਡੀ ਗੱਲ ਨਹੀਂ ਹੈਗੀ ਉਹਨਾਂ ਨੇ ਬਹੁਤ ਮਿਹਨਤ ਨਾਲ ਇਹ ਅਵਾਰਡ ਕਮਾਇਆ ਸੀ ਉਹਨਾਂ ਲਈ ਦਿਲਾਂ ਦੇ ਵਿੱਚ ਵੀ ਦਰਦ ਹੈ ਲੇਕੋ ਕਿੰਡੀ ਵੱਡੀ ਗੱਲ ਹੈ ਕਿ ਜਿਨ੍ਹਾਂ ਸਭ ਤੋਂ ਵੱਡਾ ਸਨਮਾਨ ਮਿਲਿਆ ਹੋਏ ਖਿਡਾਰੀਆਂ ਨੂੰ ਜਿਨ੍ਹਾਂ ਨੇ ਦੇਸ਼ ਦੇ ਲਈ ਇੰਨਾ ਕੁਝ ਆਪ ਦਾ ਖੂਨ ਪਸੀਨਾ ਵਹਾਇਆ ਤੇ ਉਹ ਵਾਪਸ ਕਰਨ ਲੱਗੇ ਉਹਨਾਂ ਤਾਂ ਫਿਰ ਕਿਤੇ ਨਾ ਕਿਤੇ ਕੇਂਦਰ ਦੀ ਸਰਕਾਰ ਨੂੰ ਸੂਚਨਾ ਪਹੁੰਚਾਵਾ ਤੇ ਇਹ ਕਿਸਾਨਾਂ ਨੇ ਹੋਰ ਵੱਡੀ ਮਿਸਾਲ ਦਿੱਤੀ ਉਹਨਾਂ ਨੇ ਕੇਂਦਰ ਦੀ ਬਣਾਈ ਹੋਈ ਰੋਟੀ ਜਿਹੜੀ ਉਹਨਾਂ ਵੱਲੋਂ ਹੀ ਪੈਦਾ ਕੀਤੀ ਗਈ ਸੀ ਉਹਨੂੰ ਵੀ ਨਕਾਰ ਦਿੱਤੇ ਤੇ ਆਪ ਦਾ ਪ੍ਰਸ਼ਾਦਾ ਲੰਗਰ ਮੰਗਾਇਆ ਤੇ ਥੱਲੇ ਬਹਿ ਕੇ ਛਕਿਆ ਇੱਕ ਬਹੁਤ ਵੱਡੀ ਗੱਲ ਹੈ ਤੇ ਹਜੇ ਵੀ ਇਹ ਲੋਕਾਂ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਅੰਦਾਤਾ ਨਾਲ ਇਹ ਆ ਜਾਂ ਦੁਰਵਹਾਰ ਨਾ ਕਰੋ ਮੰਨ ਜੋ ਉਹਨਾਂ ਦੀਆਂ ਗੱਲਾਂ ਜੇ ਮੰਨ ਜਣਗੇ ਤਾਂ ਪੰਜਾਬ ਦਾ ਕਿਸਾਨ ਹਿੰਦੁਸਤਾਨ ਦਾ ਕਿਸਾਨ ਬਹੁਤ ਖੁਸ਼ਹਾਲ ਹੋ ਜਾਊ ਜਿੱਦੋਂ ਤੁਸੀਂ ਆਇਆ ਦੁਗਣੀ ਕਰਨ ਦੀ ਗੱਲ ਕਰਦੇ ਹੋ ਉਦੀ ਆਇਆ ਅਸਲ ਮੈਨੇ ਦੇ ਵਿੱਚ ਐਮਐਸਪੀ ਦੇ ਨਾਲ ਹੋਣੀ ਹੈ ਤੇ ਤੁਸੀਂ ਆਪ ਦੇ ਕਾਨੂੰਨਾਂ ਦੇ ਜਿਹੜੇ ਮੈਨੀਫੈਸਟੋ ਉਹ ਇਹ ਕਾਨੂੰਨ ਲਿਖੇ ਨਹੀਂ ਸੀਗੇ ਤੁਸੀਂ ਲਾਗੂ ਕਰੋਗੇ ਸੁਆਮੀ ਨਾਰਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਗੱਲ ਆਖਦੇ ਪਏ ਕਿ ਸਰ ਉਹ ਲਾਗੂ ਨਹੀਂ ਕਰਦੇ ਪਰ ਉਹ ਇੰਨਾ ਚੀਜ਼ਾਂ ਦੇ ਰੋੜੇ ਨੇ ਮੰਨ ਜੂਗਾ ਸੈਂਟਰ ਦਾ ਸਾਡਾ ਲਾ ਧੰਨਵਾਦ ਹੋਊਗਾ ਸਾਰੇ ਕਿਸਾਨ ਖੁਸ਼ੀ 사ਦੀ ਸੁੱਕੀ 사ਦੀ ਵਾਪਸ ਆਣੀ ਕਿਉਂਕਿ ਹੁਣ ਤੱਕ ਪੰਜ ਕਿਸਾਨ ਮੈ ਕਿਉਂਕਿ ਅੰਦੋਲਨ ਦੇ ਵਿੱਚ ਸ਼ਹੀਦ ਦਾ ਇਹ ਦਰਜਾ ਦਊਗਾ ਕਿ ਇੱਕ ਸੰਘਰਸ਼ ਚੱਲਿਆ ਔਰ ਚਾਰ ਵੀ ਜਾਨਾ ਵਾਰ ਚੁੱਕੇ ਨੇ ਤੇ ਜਾਨਾਂ ਦਾ ਮੁੱਲ ਪੈਣਾ ਚਾਹੀਦਾ ਤਾਂ ਜੋ ਸਾਡਾ ਖਿਸ਼ਾਨ ਰਾਜੀ-ਵਾਜੀ ਆਪਦੇ ਘਰਾਂ ਨੂੰ ਵਾਪਸ ਆ ਦੇ ਚਲੋ ਪ੍ਰੀਤਪਾਲ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ-ਬਹੁਤ ਧੰਨਵਾਦ ਸਾਡਾ ਨਾਲ ਕੀਮਤੀ ਵਕਤ ਆਪਣਾ ਸਾਂਝਾ ਕਰਨ ਲਈ ਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਤੇ ਕਿਸਾਨਾਂ ਦੇ ਹੁਣ ਜਿਹੜਾ ਮਸਲਾ ਗਰਮਾਇਆ ਹੋਇਆ ਜਿਹੜੇ 8 ਦਿਨਾਂ ਤੋਂ ਕਿਸਾਨ ਦਿੱਲੀ ਦੇ ਵਿੱਚ ਡਟੇ ਹੋਏ ਨੇ ਤੇ ਹੁਣ ਮੀਟਿੰਗ ਵੀ ਹੋ ਰਹੀ ਆ ਲੇਕਿਨ ਮੀਟਿੰਗ ਦਾ ਹੱਲ ਕੀ ਹੋਏਗਾ ਕਿਸਾਨਾਂ ਨੂੰ ਇਸ ਮਿਹਨਤ ਦੀ ਜਿਹੜੀ ਫਸਲ ਜਿਹੜੀ ਉਹਨਾਂ ਨੇ ਮਿਹਨਤ ਕਰਕੇ ਬੀਜੀਆ ਉਹਦੀ ਕੀਮਤ ਮਿਲੇਗੀ ਕੀ ਕੁਝ ਕੇਂਦਰ ਸਰਕਾਰ ਕਰਦੀ ਹੈ ਕੀ ਉਹਨਾਂ ਦੀ ਗਲਮੰਦੀ ਹੈ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਫਿਲਹਾਲ ਇਸ ਬੁਲਟਨ 'ਚ ਇਤਨਾ ਹੀ ਮੈਨੂੰ ਦੇਵ ਜੀ ਆਜਾ ਜੀ ਧੰਨਵਾਦ